ਅੱਜ ਅਸੀਂ ਬੈਠੇ ਆ ਆਪਣੇ ਸ਼ਬੀਰ ਸਾਹਿਬ ਦੇ ਨਾਲ ਸਰਦਾਰ ਖਾਲਸ ਸਾਹਿਬ ਦੇ ਘਰ। ਅੱਜ ਕੋਈ ਸਰਦਾਰ ਸਾਹਿਬ ਨੇ ਕੋਈ ਨਿਆਜ਼ ਲਗਤ ਚੀਜ਼ ਕੀਤਾ ਸੀ ਰਾਸ਼ਨ ਦੀ ਸ਼ਕਲ 'ਚ ਅਤੇ ਉਹ ਡਿਸਟ੍ਰੀਬਿਊਟ ਕੀਤਾ। ਅੱਲਾ ਖੈਰ ਕਰੇ, ਅੱਲਾ ਪਾ ਕੇ ਜੁਰਾਏ ਖੈਰ ਅਤਾ ਫਰਮਾਏ, ਕਿਉਂਕਿ ਕਰੋਨਾ ਨੇ ਸਾਨੂੰ ਇਕੱਠਿਆਂ ਬੈਠਣ ਦਾ ਮੌਕਾ ਦਿੱਤਾ ਹੈ ਔਰ ਕਰੋਨਾ ਨੇ ਸਾਨੂੰ ਇਕੱਠਿਆਂ ਬੈਠਣ ਦਾ ਮੌਕਾ ਦਿੱਤਾ ਕਿ ਨਾਲ ਸਾਨੂੰ ਦੂਰ ਵੀ ਕਰ ਦਿੱਤਾ। ਦੇਖੋ ਕਿੰਨੀ ਦੂਰ ਬੈਠੇ ਨੇ ਸ਼ਬੀਰ ਸਾਹਿਬ। ਸ਼ਬੀਰ ਸਾਹਿਬ ਤੁਸੀਂ ਦੱਸੋ ਕਰੋਨਾ ਦੇ ਹਵਾਲੇ ਨਾਲ ਕੀ ਮਤਲਬ ਹੈ, ਕੀ ਚੀਜ਼ ਨੇ, ਕੀ ਖਿਆਲ ਆ ਇਹਨਾਂ ਦੇ? ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਅੱਲਾਹ ਤਾਲਾ ਕੋਲ ਮਾਫ਼ੀ ਮੰਗਣੀ ਚਾਹੀਦੀ, ਕਿਉਂਕਿ ਸਾਡੀਆਂ ਕੀਤੀਆਂ ਆਪਣੀਆਂ ਹੀ ਇਨਸਾਨ ਦੀਆਂ ਕੀਤੀਆਂ ਹੀ ਭੁੱਲ ਕੇ ਆਈਆਂ, ਲੇਕਿਨ ਉਹ ਬੜਾ ਕਰੀਮ ਹੈ, ਅੱਲਾਹ ਦੀ ਜ਼ਾਤ ਬੜੀ ਰਹੀਮ ਹੈ, ਮਾਫ਼ ਕਰਨਾ ਵੀ ਇਨਸ਼ਾ ਅੱਲਾਹ ਤਾਲਾ। ਸਾਰੇ ਮੁਸਲਮਾਨ ਜਿਹੜੇ ਦੁਆਵਾਂ ਕਰ ਰਹੇ ਨੇ, ਇਨਸ਼ਾ ਅੱਲਾਹ ਤਾਲਾ ਸਾਡੀਆਂ ਦੁਆਵਾਂ ਰਹੇਗਾ ਨਹੀਂ ਜਾਂਦੀ ਇਨਸ਼ਾ। ਅਤੇ ਜੇ ਵਕਤ ਆ ਗਿਆ ਮੁਸ਼ਕਿਲ ਦਿਨ, ਅਸੀਂ ਇਨਸ਼ਾ ਅੱਲਾਹ ਹਿੰਮਤ ਨਾਲ ਕੱਢਾਂਗੇ। ਦੇਖੋ ਜੀ, ਇੱਕ ਦੂਜੇ ਦਾ ਸਾਥ ਦੇਣਾ ਹੈ, ਅਹਿਸਾਸ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਅੱਜ ਸਾਡੇ ਚੇਅਰਮੈਨ ਸਾਡੇ ਬੌਸ ਖਾਲਸ ਸਰਦਾਰ ਸਾਹਿਬ ਨੇ ਅਹਿਸਾਸ ਕੀਤਾ ਕਿ ਆਪਣੇ ਤਮਾਮ ਫਨਕਾਰਾਂ ਨੂੰ ਬੁਲਾ ਕੇ ਇਕੱਠਿਆਂ ਕਰਕੇ ਉਹਨਾਂ ਨੂੰ ਰਾਸ਼ਨ ਤਕਸੀਮ ਕੀਤਾ। ਜੀ ਜੀ ਜੀ। ਅਤੇ ਤੁਸੀਂ ਵੀ ਮਤਲਬ ਮੈਨੂੰ ਦੱਸ ਰਹੇ ਸੀ ਕਿ ਰਾਤੀ ਕੈਸਰ ਸਾਹਿਬ ਨੇ ਪੈਸੇ ਤੁਹਾਨੂੰ ਭੇਜੇ ਸੀਗੇ, ਤੁਸੀਂ ਵੀ ਮੁਸਲਿਮ ਲੋਕਾਂ ਨੂੰ ਤਕਸੀਮ ਕੀਤੇ ਨੇ? ਜੀ, ਉਹ ਪੈਕੇਜ ਇੱਕ ਆਇਆ ਸੀ ਕੈਸਰ ਪੀਆ ਸਾਹਿਬ ਵੱਲੋਂ, ਅਤੇ ਉਹ ਮੈਂ ਰਾਤੀ ਫਨਕਾਰਾਂ ਨੂੰ ਦਿੱਤੇ ਨੇ, ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜੋ ਜੋ ਵੀ ਸੀ ਇਸ ਤਫੀਕ 'ਤੇ। ਅੱਜ ਫਿਰ ਰਿਕੁਐਸਟ ਉਹਨਾਂ ਨੂੰ ਕੀਤੀ ਸੀ, ਅੱਲ ਸਰਦਾਰ ਸਾਹਿਬ ਨਾਲ ਮੇਰਾ ਚੱਲ ਰਿਹਾ ਸੀ ਦੋ ਤਿੰਨ ਦਿਨ ਤੋਂ, ਅਤੇ ਉਹਨਾਂ ਨੇ ਅੱਜ ਸਾਰੇ ਫਨਕਾਰ ਫੈਸਲਾਬਾਦ ਦੇ ਫਨਕਾਰ ਜੀ ਨੇ ਸਾਰਿਆਂ ਨੂੰ ਜਿਹੜਾ ਰਾਸ਼ਨ ਤਕਸੀਮ ਕੀਤਾ। ਸਭ ਤੋਂ ਅੱਛੀ ਗੱਲ ਇਹ ਹੈ ਕਿ ਉਹਨਾਂ ਨੇ ਇਸ ਗੱਲ 'ਤੇ ਨਹੀਂ ਰੱਖਿਆ ਕਿ ਫਰਕ ਨਹੀਂ ਰੱਖਿਆ ਉਹਨਾਂ ਨੇ ਕਿ ਫੈਸਲਾਬਾਦ 'ਚ ਜਿੰਨੇ ਵੀ ਫਨਕਾਰ ਜਿਹੜਾ ਵੀ ਜਿਹੜਾ ਜਿੱਥੇ ਜਿਹੜੇ ਥੀਏਟਰ 'ਚ ਕੰਮ ਕਰ ਰਿਹਾ ਉਹ ਜਦੋਂ ਮਰਜ਼ੀ ਆ ਕੇ ਲੱਗਣ ਲੱਗੋ। ਦੇਖੋ, ਸ਼ੁਕਰ ਅਲਹਮਦੁਲਿਲਾ ਕਿ ਅੱਜ ਉਹਨਾਂ ਦੇ ਘਰਾਂ 'ਚ ਰਾਸ਼ਨ ਜਾ ਰਿਹਾ, ਅਤੇ ਮੇਰੀ ਰਿਕੁਐਸਟ ਇਹ ਹੀ ਫਨਕਾਰਾਂ ਵਾਸਤੇ ਵੀ ਰਾਸ਼ਨ ਤਾਂ ਤੁਹਾਨੂੰ ਮਿਲ ਰਿਹਾ, ਲੇਕਿਨ ਪਲੀਜ਼ ਤੁਸੀਂ ਪਲੀਜ਼ ਖੁਦਾਰਾ ਆਪਣੇ ਆਪਣੇ ਘਰਾਂ 'ਚ ਰਹੋ ਤਾਂ ਕਿ ਮੋਬਾਈਲ ਉਹਦੇ ਤੋਂ ਅਸੀਂ ਬਚ ਸਕੀਏ। ਬਾਕੀ ਦੇਖੋ ਜੀ, ਸ਼ਬੀਰ ਸਾਹਿਬ ਇਸ ਬਿਮਾਰੀ ਨੇ ਸਾਨੂੰ ਦੂਰ ਤਾਂ ਕਰ ਦਿੱਤਾ ਹੈ, ਕਿਉਂਕਿ ਇੱਕ ਦੂਰ ਮਿਲ ਜਿਲ ਰਹੇ ਹਨ, ਮਤਲਬ ਆਪਣੇ ਆਪਣੇ ਘਰ ਦੇ ਵਿੱਚ ਕੈਦ ਨੇ, ਲੇਕਿਨ ਦਿਲਾਂ ਦੇ ਕਰੀਬ ਕਰ ਰਹੇ। ਜੀ ਜੀ ਜੀ। ਕਿਉਂਕਿ ਇੱਕ ਦੂਜੇ ਦੇ ਅਹਿਸਾਸ ਦੇਖੋ ਨਾ, ਕੈਸਰ ਸਾਹਿਬ ਕਿੱਥੇ ਬੈਠੇ ਨੇ ਅਤੇ ਉਹਨਾਂ ਨੇ ਉੱਥੋਂ ਬੈਠ ਕੇ ਅਹਿਸਾਸ ਕੀਤਾ ਮੁਖਤਲਿਫ ਆਰਟ, ਚਲੋ ਉਹਨਾਂ ਨੇ ਫੈਸਲਾਬਾਦ ਨਹੀਂ ਮੇਰੇ ਖਿਆਲ ਨਾਲ ਹੋਰ ਦੇ ਸ਼ਹਿਰ ਦੇ ਆਰਟਿਸਟਾਂ ਨੂੰ ਪੈਸੇ ਦਿੱਤੇ ਨੇ, ਇਸੇ ਤਰ੍ਹਾਂ ਸਰਦਾਰ ਸਾਹਿਬ ਨੇ, ਅਤੇ ਜਿਹੜੀਆਂ ਮੁਹੱਬਤਾਂ ਪੈਦਾ ਹੋਈਆਂ ਨੇ ਸਾਡੇ ਦਿਲਾਂ ਦੇ ਵਿੱਚ, ਇਹ ਨਾਲ ਕਰੋਨਾ ਖਤਮ ਹੋਵੇ ਉਹਨਾਂ ਮੁਹੱਬਤਾਂ ਵੀ ਨਾਲ ਹੀ ਖਤਮ ਹੋ ਜਾਣ। ਨਹੀਂ ਨਹੀਂ, ਇਹੀ ਤਾਂ ਅਹਿਸਾਸ ਦੇ ਵਕਤ ਅਹਿਸਾਸ ਤੁਹਾਨੂੰ ਅੱਲਾਹ ਦੀ ਜ਼ਾਤ ਨੇ ਅਹਿਸਾਸ ਦਵਾਇਆ, ਮੇਰੇ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਲੋਕ ਗਰੀਬ ਨੇ ਮਾੜੇ ਨੇ ਉਹਨਾਂ ਦਾ ਅਹਿਸਾਸ ਕਰਨਾ ਚਾਹੀਦਾ, ਹਰ ਬੰਦੇ ਨੂੰ ਕਰਨਾ ਚਾਹੀਦਾ। ਜਿਹੜਾ ਬੰਦਾ ਆਪਣੇ ਘਰ ਦੇ ਨਾਲ ਵੇਖੇ ਕੋਈ ਰਿਸ਼ਤੇਦਾਰ ਭੈਣ ਭਰਾ ਮਾੜਾ ਹੈ, ਉਹਦੇ ਘਰ ਇਸ ਟਾਈਮ ਜਿਹੜਾ ਰਾਸ਼ਨ ਦੀ ਬੜੀ ਜ਼ਰੂਰਤ ਦੇਣਾ ਚਾਹੀਦਾ। ਅਤੇ ਅੱਛਾ, ਕੁਛ ਐਸੇ ਵੀ ਲੋਕ ਨੇ ਕਿ ਜਿਹੜੇ ਲੋਕਾਂ ਦਾ ਹੱਕ ਮਾਰੀ ਜਾ ਰਹੇ, ਪੰਜ ਪੰਜ ਸੱਤ ਸੱਤ ਜਗ੍ਹਾ ਤੋਂ ਰਾਸ਼ਨ ਇਕੱਠਾ ਕਰਕੇ ਅਤੇ ਘਰ ਜਮ੍ਹਾਂ ਕਰੀ ਜਾਏ, ਇਹ ਵੀ ਨਹੀਂ। ਦੇਖੋ, ਜਿਹਦਾ ਜਿਹਦਾ ਹੱਕ ਹੈ ਉਹਨੂੰ ਵੀ ਮਿਲਣਾ ਚਾਹੀਦਾ। ਬਿਲਕੁਲ ਸਹੀ ਗੱਲ, ਠੀਕ ਹੈ। ਦੇਖੋ ਜੀ, ਇਹ ਜਿਹੜੀ ਹੈ ਨਾ, ਕੋਈ ਵੀ ਬਰਾਦਰੀ ਕਾਲਾ ਨੀਲਾ ਸਫੈਦ ਕੋਈ ਰੰਗੋ ਨਸਲ ਨਾ ਕੋਈ ਮਤਲਬ ਜਿੰਨਾ ਇਮਦਾਦ ਨਹੀਂ ਹੈ, ਲੇਕਿਨ ਸਿਰਫ ਅਸੀਂ ਕਰਦੇ ਕਿ ਅਸੀਂ ਮੁਸਲਮਾਨ ਹਾਂ ਔਰ ਇੱਕ ਦੂਜੇ ਦੇ ਭਰਾ ਵਾਂ, ਅਸੀਂ ਭੈਣ ਭਰਾਵਾਂ ਵਾਂਗੂ ਇੱਕ ਦੂਜੇ ਦਾ ਖਿਆਲ ਕਰਨਾ ਹੈ, ਅਤੇ ਜਿਹੜੇ ਇਸ ਕਾਬਲ ਨੇ ਜਿਹੜੇ ਲੋਕ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਛੋਟਿਆਂ ਦਾ ਖਿਆਲ ਕਰਨ, ਅਤੇ ਜਿਹੜੇ ਛੋਟੇ ਨੇ ਜਿਹੜੇ ਲੈਣ ਵਾਲੇ ਨੇ ਇਹ ਨਾ ਕਰਨ, ਕਿਸੇ ਦਾ ਹੱਕ ਵੀ ਲੈ ਜਾਣ। ਅਗਰ ਤੁਹਾਨੂੰ ਇੱਕ ਰਾਸ਼ਨ ਦੀ ਜ਼ਰੂਰਤ ਹੈ ਤਾਂ ਇੱਕ ਰਾਸ਼ਨ ਆਪਣੇ ਘਰ ਰੱਖੋ, ਬਾਕੀ ਦੂਸਰੇ ਗਰੀਬ ਲੋਕਾਂ ਨੂੰ ਤਕਸੀਮ ਕਰਦੇ ਹੋ। ਗੱਲ ਤੁਹਾਡੀ ਬਿਲਕੁਲ ਸਹੀ ਹੈ, ਲੋਕ ਐਸਾ ਵੀ ਕਰਦੇ ਨੇ ਕਿ ਵੀ ਘਰ ਭਰੀ ਜਾ ਰਹੇ ਨੇ ਅਨਾਜ ਨਾ, ਰਾਸ਼ਨ ਚੁੱਕ ਚੁੱਕ ਕੇ ਜ਼ਖੀਰਾ ਕਰ ਰਹੇ ਨੇ। ਹਾਲਾਂਕਿ ਖਾਲਸ ਸਰਦਾਰ ਸਾਹਿਬ ਦੇ ਅਸੀਂ ਫਨਕਾਰ ਜਿਹੜੀ ਉਹਨਾਂ ਦੀ ਕੰਪਨੀ ਦੇ ਫਨਕਾਰ ਬਹੁਤ ਸਾਰੀਆਂ ਬਿਮਾਰੀ ਹੈ, ਠੀਕ ਹੈ, ਲਿਖ ਰਹੇ ਹੈ ਕਿ ਹਥਿਆਰਾਂ ਵੀ ਜ਼ਰੂਰੀ ਨੇ, ਦੇਖੋ ਗਲਵਸ ਪਾਏ ਨੇ, ਅਗਰ ਤੁਸੀਂ ਬਾਹਰ ਅੰਦਰ ਨਿਕਲੋ ਆਪਣੇ ਹੱਥਾਂ ਦੇ ਗਲਵਸ ਪਾਓ, ਮਾਸਕ ਲਾਓ ਔਰ ਸੈਨੀਟਾਈਜ਼ਰ, ਅਗਰ ਸੈਨੀਟਾਈਜ਼ਰ ਨਹੀਂ ਹੈ ਵੀ ਹੈ ਕਈ ਲੋਕਾਂ ਕੋਲ, ਕੋਈ ਮੇਰੀ ਨਹੀਂ ਰਿਹਾ ਕਿਉਂਕਿ ਮਹਿੰਗਾ ਬੜਾ ਹੋ ਗਿਆ, ਹੱਥ ਅੱਛੇ ਤਰੀਕੇ ਨਾਲ ਹੱਥ ਡਿਟੋਲ ਸਾਬਣ ਨਾਲ ਧੋਵੋ, ਇੱਕ ਸ਼ਾਵਰ ਲਵੋ ਉਹਦੇ ਵਿੱਚ ਡਿਟੋਲ ਬਹੁਤ ਥੋੜ੍ਹਾ ਜਿਹਾ, ਉੱਥੇ ਪਾਣੀ ਮਿਕਸ ਕਰੋ ਅਤੇ ਉਹਨੂੰ ਸ਼ਾਵਰ ਵੀ ਛੱਡਣਾ, ਜਦੋਂ ਘਰ ਜਾਓ ਆਪਣੇ ਹੱਥਾਂ ਨੂੰ ਸਿੰਪਲ ਜਿਹਾ ਤਰੀਕਾ ਨੂੰ ਬੋਇਲ ਕਰਕੇ ਟਾਵਲ ਉੱਪਰ ਲੈ ਕੇ ਸਟੀਮ ਲੈਣਾ,
ਉਹਦੀ ਸਕੀਮ ਲੈਣ ਨਾਲ ਇਹ ਹੁੰਦਾ ਕਿ ਤੁਹਾਡੇ ਜਿਹੜੇ ਗਰਾਸੀ ਨੇ ਉਹ ਵੀ ਇੱਕ ਤਾਂ ਖਤਮ ਹੋ ਜਾਂਦੇ ਨੇ, ਦੂਸਰਾ ਇਹ ਤੁਹਾਨੂੰ ਅਗਰ ਕੋਈ ਸਰਦੀ ਪ੍ਰੋਬਲਮ ਕੋਈ ਮਸਲਾ ਹੈ ਉਹਦੇ ਨਾਲ ਬੜੀਆਂ ਮਤਲਬ ਚੀਜ਼ਾਂ ਦੀ ਅਹਤਿਆਤ ਹੋ ਜਾਂਦੀ। ਅਤੇ ਆਪਣੇ ਦੇਖਣ ਵਾਸਤੇ ਦੇਖਣ ਵਾਲੇ ਵਾਸਤੇ ਖਾਸ ਪੈਗਾਮ ਦੀ ਗੱਲ ਦੀ ਆਵਾਜ਼ ਬਾਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਪਾਕਿਸਤਾਨ ਹੈਗੇ ਨੇ ਦੁਨੀਆ ਤੱਕ ਕਿਤੇ ਵੀ ਇਤਿਹਾਸ ਬਹੁਤ ਹੋ ਰਹੀ ਹੈ, ਪਲੀਜ਼ 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 ਹੱਥ ਵਾਰ ਵਾਰ ਧੋਵੋ ਅੱਛੇ ਤਰੀਕੇ ਨਾਲ ਧੋਵੋ, ਕੰਮ ਇਸ ਕੰਮ 30 ਸਕਿੰਟ ਤੱਕ ਹੱਥ ਧੋਵੋ, ਮਲ ਮਲ ਕੇ ਇਸ ਤਰੀਕੇ ਨਾਲ ਧੋਵੋ, ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਠੀਕ ਹੋ ਗਿਆ। ਤੁਸੀਂ ਅਗਰ ਤੁਹਾਨੂੰ ਕਿਤੇ ਖਾਂਸੀ ਆਉਂਦੀ ਵੀ ਠੀਕ ਹੈ, ਖਾਂਸੀ ਆਉਂਦੀ ਹੈ, ਮਿਰਚ ਆਉਂਦੀ, ਤੁਸੀਂ ਇੰਝ ਨਹੀਂ ਕਰਨਾ, ਇੰਝ ਕਰਨਾ। ਉਹਦੀ ਵਜ੍ਹਾ ਨਾਲ ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਅੱਲਾ ਮਾਲਕ ਜੀ ਦੇ ਅੱਲਾ ਤਾਲਾ ਮਾਫ਼ ਕਰੇ ਕਿ ਕਰੋਨਾ ਹੀ ਖਾਂਸੀ ਜ਼ਰੂਰੀ ਹੈ, ਅਹਤਿਆਤ ਜ਼ਰੂਰੀ ਹੈ, ਕਰੋਨਾ ਤੋਂ ਅਹਤਿਆਤ ਕਰੋ। ਅਤੇ ਜਿਹੜੇ ਲੋਕ ਮੁਸਤਹਿਕ ਨੇ ਉਹ ਉਹਨਾਂ ਨੂੰ ਉਹਨਾਂ ਦਾ ਰਾਸ਼ਨ ਮਿਲਣਾ ਚਾਹੀਦਾ, ਨਹੀਂ ਤਾਂ ਕੁਛ ਲੋਕ ਜਿਹੜੇ ਰਿਆਇਤੀ ਕਰ ਰਹੇ ਨੇ ਰਾਸ਼ਨ ਆਪਣੇ ਘਰ ਦੇ ਵਿੱਚ ਹਰ ਜਗ੍ਹਾ ਤੋਂ ਲੈ ਕੇ ਰੱਖੀ ਜਾ ਰਹੇ ਨੇ, ਉਹ ਕਿਸੇ ਹੱਕ ਤਲਫੀ ਕਰ ਰਹੇ, ਅਤੇ ਹੱਕ ਤਲਫੀ ਨਾ ਕਰੋ, ਇੱਕ ਦੂਜੇ ਦਾ ਸਾਥ ਦਿਓ, ਇੱਕ ਦੂਜੇ ਦਾ ਅਹਿਸਾਸ ਕਰੋ। ਬਹੁਤ ਮਿਹਰਬਾਨੀ ਜਨਾਬ, ਸਵਾਗਤ ਹੈ।